ਸੁਣੋ, ਮੇਰੇ ਨਾਲ ਬਾਜ਼ਾਰ ਚੱਲੋ, ਮੈਂ ਥੋੜਾ ਜਿਹਾ ਸਮਾਨ ਲੈਣਾ। ਸੋਨੀ, ਐਕਟਿਵਾ ਲੈ ਕੇ ਚਲੀ ਜਾਣਾ। ਐਕਟਿਵਾ ਤੇ ਕਿਵੇਂ ਚਲੀ ਜਾਵਾਂ, ਅਲਾਹੀ ਵੀ ਤਾਂ ਹੈ ਨਾ ਮੇਰੇ ਨਾਲ। ਸੋਨੀ, ਇੱਕ ਦਿਨ ਛੁੱਟੀ ਹੁੰਦੀ ਹੈ, ਉਸ ਦਿਨ ਨਾ ਤੰਗ ਕਰਿਆ ਕਰ। ਤੇ ਟਿੰਮੀ, ਤੁਸੀਂ ਸਾਰੀ ਦਿਨ ਘਰ ਕੀ ਕਰਨਾ? ਆ ਜਾਓ, ਬਾਜ਼ਾਰ ਚੱਲੇ ਜਾਂਦੇ ਆ। ਚੱਲ ਫਿਰ। ਚਲੋ। ਸੁਣੋ, ਇੱਥੇ ਨਾ ਕੋਈ ਰੇਹੜੀ ਹੋਏਗੀ ਨਾ ਸਬਜ਼ੀ ਵਾਲੀ, ਤੇ ਗੱਡੀ ਰੋਕ ਦਿਓ, ਮੈਂ ਸਬਜ਼ੀ ਲੈ ਕੇ ਜਾਣੀ ਆ ਘਰ। ਚੱਲ ਆ ਜਾ ਸੋਨੀਆ। ਲੈ ਕੁੜੀ ਬਣਾ ਦੋ। ਮਟਰ ਕਿਸ ਤਰ੍ਹਾਂ ਕਿਲੋ ਹੈ? ਮਟਰ 80 ਰੁਪਏ ਕਿਲੋ ਜੀ। ਔਰ ਗੋਭੀ? ਗੋਭੀ 40 ਰੁਪਏ ਕਿਲੋ। ਔਰ ਆਲੂ? ਆਲੂ 30 ਰੁਪਏ ਕਿਲੋ ਜੀ। ਭਈਆ, ਮੈਂ ਤੇਰਾ ਰੇਟ ਨਹੀਂ ਪੁੱਛਿਆ, ਸਬਜ਼ੀਆਂ ਦਾ ਰੇਟ ਪੁੱਛਿਆ ਸੀ, ਠੀਕ ਹੈ? ਤਾਂ ਹੀ ਤਾਂ ਤੁਹਾਡੇ ਵਰਗੇ ਅੱਗੇ ਨਹੀਂ ਵੱਧ ਪਾਉਂਦੇ। ਚੱਲ ਹੁਣ ਸਬਜ਼ੀ ਪੈਕ ਕਰ। ਮੈਡਮ, ਮੈਂ ਸਬਜ਼ੀਓ ਕਾ ਰੇਟ ਹੀ ਬਤਾ ਰਹਾ ਹੂੰ, ਔਰ ਵੈਸੇ ਵੀ ਇਸੇ ਮੈਂ ਸਿਰਫ 2-4 ਰੁਪਏ ਹੀ ਬਚਤੇ ਹੈ। ਮੈਨੂੰ ਨਾ ਸਿਖਾ, ਮੈਨੂੰ ਪਤਾ ਕਿੰਨੇ ਬਚਦੇ ਆ ਤੇ ਕਿੰਨੇ ਨਹੀਂ। ਸਬਜ਼ੀ ਪੈਕ ਕਰ। ਹੈਲੋ ਮੈਡਮ, ਆਪਕੀ ਗੋਭੀ, ਮਟਰ ਔਰ ਆਲੂ ਆਪਕੇ ਟੋਟਲ 150 ਰੁਪਏ ਹੋ ਗਏ। ਲੈ ਫੜ ਭਈਆ, 50 ਰੁਪਏ। ਮੈਡਮ, ਪਰ ਆਪਕੋ ਕੁਛ ਗਲਤ ਫਹਿਮੀ ਹੋਈ ਹੈ, ਆਪਕੇ ਟੋਟਲ 150 ਰੁਪਏ ਹੋਏ ਹੈ। 150 ਨਹੀਂ ਹੈ, 50 ਰੁਪਏ ਬਣੇ ਨੇ। ਮੈਨੂੰ ਵੀ ਪਤਾ ਹੈ ਇੰਨੀ ਸਾਰੀ ਸਬਜ਼ੀ ਦੇ ਕਿੰਨੇ ਕੁ ਪੈਸੇ ਬਣਦੇ ਨੇ, ਰੱਖ ਆਰਾਮ ਨਾਲ। ਮੈਡਮ, ਐਸਾ ਮਤ ਕਰੋ, ਜਿਤਨੇ ਕਿ ਮੁਝੇ ਸਬਜ਼ੀ ਪੜ ਰਹੀ ਹੈ, ਆਪ ਤੋ ਉਤਨੇ ਵੀ ਨਹੀਂ ਦੇ ਰਹੇ ਹੋ, ਔਰ ਵੈਸੇ ਵੀ ਆਪ ਮੇਰੇ ਅੱਜ ਕੇ ਪਹਿਲੇ ਗ੍ਰਾਹਕ ਹੋ, ਆਪ ਹੀ ਐਸਾ ਕਰੋਗੇ ਤੋ ਫਿਰ ਕੈਸੇ ਚਲੇਗਾ? ਅਗਰ ਆਪਕੋ ਸਬਜ਼ੀ ਮਹਿੰਗੀ ਲੱਗ ਰਹੀ ਹੈ ਤੋ ਆਪ ਕਹੀਂ ਔਰ ਸੇ ਲੈ ਲੋ, ਕੋਈ ਬਾਤ ਨਹੀਂ, ਮੈਂ ਇਹ ਵਾਪਿਸ ਲੈ ਲੂੰਗਾ। ਮੈਨੂੰ ਪਤਾ ਤੇਰੇ ਕਿੰਨੇ ਪੈਸੇ ਬਣਦੇ ਆ, ਠੀਕ ਹੈ, ਤਾਂ ਓਨੇ ਹੀ ਦਿੱਤੇ ਨੇ। ਔਰ ਮੈਂ ਤੈਨੂੰ ਪਹਿਲੇ ਵੀ ਕਿਹਾ ਨਾ, ਔਕਾਤ 'ਚ ਰਹੀਦਾ ਹੁੰਦਾ, ਔਕਾਤ ਤੂੰ ਬਾਹਰ ਨਹੀਂ ਜਾਈਦਾ। ਜ਼ਿਆਦਾ ਮੇਰੇ ਨਾਲ ਬਹਿਸ ਕੀਤੀ ਨਾ, ਥੱਪੜ ਮਾਰਾਂਗੀ ਰੱਖ ਕੇ। ਲੈ ਲੈ ਲੈਣੇ ਆ, ਨਹੀਂ ਤਾਂ ਇਹ ਵੀ ਚੱਕ ਕੇ ਲੈ ਜਾਣੇ ਨਹੀਂ ਮੈਂ। ਮੈਡਮ, ਐਸਾ ਨਾ ਕਰੋ। ਆ ਜਾਓ ਹੁਣ, ਤੁਸੀਂ ਕੀ ਕਰ ਰਹੇ ਹੋ ਉੱਥੇ? ਭਈਆ, ਮੈਨੂੰ ਨਾ ਇੱਕ ਵਧੀਆ ਜਿਹੀ ਲਿਪਸਟਿਕ ਦਿਖਾ ਦਿਓ, ਔਰ ਮਿਊਨ ਦਾ ਮੈਨੂੰ ਉਹ ਦਿਖਾ ਦਿਓ, ਕੀ ਕਹਿੰਦੇ ਨੇ, ਲਾਈਨਰ, ਔਰ ਮਿਊਨ ਦਾ ਹੀ ਫਾਊਂਡੇਸ਼ਨ ਦਿਖਾ ਦਿਓ। ਕਿੰਨੇ ਪੈਸੇ ਹੋ ਗਏ ਇਸਕੇ ਟੋਟਲ? ਆਪਕੇ 2000 ਰੁਪਏ ਹੋ ਗਏ ਜੀ। ਵੀਰੇ, ਸਮਾਨ ਦਾ ਰੇਟ ਪੁੱਛਿਆ, ਤੇਰਾ ਰੇਟ ਨਹੀਂ ਪੁੱਛਿਆ। ਬੇਇੱਜ਼ਤੀ ਵਾਲੀ ਕਿਹੜੀ ਗੱਲ ਆ, ਰੇਟ ਹੀ ਬਹੁਤ ਵੱਧ ਲਾ ਰਿਹਾ। ਜਿਹੜਾ ਸਮਾਨ ਲਿਆ ਉਹਨੇ ਹੀ ਰੇਟ ਬਣਿਆ ਨਾ। ਹਾਂਜੀ ਭਈਆ, ਕੁਛ ਕਹਿ ਰਹੇ ਤੇ ਆਪ? ਨਹੀਂ ਨਹੀਂ ਭਈਆ, ਕੁਛ ਨਹੀਂ ਕਹਿ ਰਹੇ ਸੀ, 2000 ਬਣੇ ਸੀ ਨਾ। ਹਾਂਜੀ, ਲਓ ਪੈਕ ਕਰ ਦਿਓ। ਠੀਕ ਹੈ ਮੈਮ। ਦੋ ਮਿੰਟ ਨਾ ਕਾਰ ਸਾਈਡ ਤੇ ਲਗਾਇਓ। ਕਿਉਂ, ਕੀ ਹੋ ਗਿਆ? ਲਗਾਓ ਨਾ। ਦੱਸੋ ਜੀ ਹੁਣ ਕੀ ਗੱਲ ਹੈ? ਕੀ ਉੱਥੇ ਤੁਸੀਂ ਮੇਰੀ ਬੇਇੱਜ਼ਤੀ ਕਰਵਾਉਣ ਲੱਗੇ ਹੋ ਇਸ ਮੁੰਡੇ ਸਾਹਮਣੇ? ਕੀ ਬੇਇੱਜ਼ਤੀ ਕਰਾਈ ਹੈ? ਕੀ ਉੱਥੇ ਰੇਟ ਰੇਟ ਕਰਨ ਲੱਗੇ ਹੋਏ ਸੀ? ਮੈਨੂੰ ਲੱਗਿਆ ਉਹ ਰੇਟ ਵੱਧ ਲਾ ਰਿਹਾ ਤੇ ਮੈਂ ਬੋਲ ਪਿਆ। ਤੁਹਾਨੂੰ ਕਿੱਦਾਂ ਪਤਾ ਕਿ ਉਹ ਮਹਿੰਗਾ ਲਾ ਰਿਹਾ ਸੀ?
ਜਿੱਦਾਂ ਤੈਨੂੰ ਪਤਾ ਸੀ ਕਿ ਰੇਹੜੀ ਵਾਲਾ ਰੇਟ ਵੱਧ ਲਾ ਰਿਹਾ, ਉਦਾਂ ਮੈਨੂੰ ਵੀ ਪਤਾ ਲੱਗ ਗਿਆ। ਅੱਛਾ, ਦੁਕਾਨਦਾਰ ਔਰ ਰੇਹੜੀ ਵਾਲੇ 'ਚ ਤੁਹਾਨੂੰ ਕੋਈ ਫਰਕ ਹੀ ਨਹੀਂ ਨਜ਼ਰ ਆ ਰਿਹਾ? ਰੇਹੜੀ ਵਾਲੇ ਤਾਂ ਹੁੰਦੇ ਹੀ ਹਰਾਮੀ ਨੇ, ਕਾਰ 'ਚੋਂ ਉਤਰਦਾ ਬੰਦਾ ਦੇਖ ਤੇ ਸਬਜ਼ੀਆਂ ਦੇ ਰੇਟ ਦੁੱਗਣੇ ਕਰ ਦਿੰਦੇ ਨੇ। ਫਰਕ ਤਾਂ ਹੈ ਸੋਨੀ, ਇਹ ਫਰਕ ਵੀ ਤੁਸੀਂ ਲੋਕਾਂ ਨੇ ਬਣਾਇਆ। ਕਿਹੜਾ ਫਰਕ? ਅਮੀਰ ਔਰ ਗਰੀਬ ਦਾ। ਅੱਛਾ, ਹੁਣ ਤੁਸੀਂ ਰੇਹੜੀ ਵਾਲੇ ਦੀ ਸਾਈਡ ਹੋ ਗਏ ਹੋ। ਜਵਾਨ ਦੇਖੀ ਸੀ ਉਹਦੀ? ਔਰ ਮੈਂ ਨਾ ਉਹਨੂੰ ਘੱਟ ਪੈਸੇ ਨਹੀਂ ਦੇ ਕੇ ਆਈ, ਜਿੰਨੇ ਉਹਦੇ ਬੰਦੇ ਸੀ ਨਾ ਓਨੇ ਹੀ ਦੇ ਕੇ ਆਈ। ਸਾਡਾ ਜਨਾਨੀਆਂ ਦਾ ਰੋਜ਼ ਦਾ ਕੰਮ ਹੈ, ਔਰ ਇਹੋ ਜਿਹਿਆਂ ਨਾਲ ਨਾ ਵਾਹ ਪੈਂਦਾ ਹੀ ਰਹਿੰਦਾ। ਸਾਨੂੰ ਪਤਾ ਹੁੰਦਾ ਕਿ ਇਹਨਾਂ ਨਾਲ ਕਿੱਦਾਂ ਡੀਲ ਕਰਨੀ। ਸੋਨੀ, ਤੁਹਾਨੂੰ ਜਨਾਨੀਆਂ ਨੂੰ ਗਰੀਬ ਬੰਦੇ ਨਾਲ ਹੀ ਡੀਲ ਕਰਨਾ ਆਉਂਦਾ? ਜਿਹੜੇ ਵੱਡੇ ਮੋਲਾਂ ਵਾਲੇ ਨੇ, ਵੱਡੀਆਂ ਦੁਕਾਨਾਂ ਵਾਲੇ ਨੇ, ਉਹਨਾਂ ਨਾਲ ਡੀਲ ਕਰਨਾ ਕੋਈ ਨਹੀਂ ਆਉਂਦਾ ਤੁਹਾਨੂੰ। ਜਿਹੜੇ ਆਪਣੀ ਮਨ ਮਰਜ਼ੀ ਦਾ ਰੇਟ ਲਾਉਂਦੇ ਨੇ ਔਰ ਲੁੱਟ ਰਹੇ ਨੇ, ਔਰ ਜੇ ਤੁਸੀਂ ਉਹਨਾਂ ਤੋਂ 150 ਘਟਾ ਵੀ ਲਓ ਨਾ, ਤਾਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ। ਉਹਨਾਂ ਨਾਲ ਨਹੀਂ ਤੁਹਾਨੂੰ ਡੀਲ ਕਰਨਾ ਆਉਂਦਾ। ਸੋਨੀ, ਇਹ ਦੇਖ ਤੂੰ ਕਿਸ ਬੰਦੇ ਨਾਲ ਧੱਕਾ ਕਰਕੇ ਆਈ ਆ? ਉਸ ਬੰਦੇ ਨਾਲ ਜਿਹੜਾ ਸਵੇਰੇ ਪਹਿਲੇ ਤੜਕੇ ਉੱਠ ਕੇ ਮੰਡੀ ਜਾਂਦਾ ਹੋਏਗਾ, ਫਿਰ ਉੱਥੋਂ ਤੁਹਾਡੇ ਵਰਗੇ ਲੋਕਾਂ ਵਾਸਤੇ ਚੰਗੀ ਸਬਜ਼ੀ ਲੱਭ ਕੇ ਲਿਆਉਂਦਾ, ਫਿਰ ਉਹ ਧੁੱਪ ਨਹੀਂ ਦੇਖਦਾ, ਛਾਂ ਨਹੀਂ ਦੇਖਦਾ, ਪੂਰਾ ਦਿਨ ਮਿਹਨਤ ਕਰਦਾ, ਅਤੇ ਤੁਹਾਡੇ ਵਰਗੀਆਂ ਜਨਾਨੀਆਂ ਉੱਥੇ ਜਾ ਕੇ ਮਿੰਟ 'ਚ ਅਗਲੇ ਦੀ ਬੇਇੱਜ਼ਤੀ ਕਰ ਦਿੰਦੀਆਂ ਨੇ, ਮਿੰਟ 'ਚ ਰੇਟ ਘੱਟ ਕਰ ਦਿੰਦੀਆਂ। ਮੈਨੂੰ ਇਸ ਚੀਜ਼ ਵੱਲ ਵੇਖ ਕੇ ਬੜਾ ਦੁੱਖ ਲੱਗਿਆ। ਤੂੰ ਮੋਲ ਦੇ ਵਿੱਚ ਬਹਿਸਦੀ, ਮੈਂ ਤੇਰਾ ਸਾਥ ਦੇਣਾ ਸੀ। ਤੂੰ ਉਸ ਗਰੀਬ ਬੰਦੇ ਨਾਲ ਧੱਕਾ ਕੀਤਾ, ਮੈਨੂੰ ਬੜਾ ਦੁੱਖ ਲੱਗਿਆ। ਉਹ ਤੇਰੇ ਸਾਹਮਣੇ ਬੋਲਿਆ ਨਹੀਂ, ਤਾਂ ਕਿਉਂ? ਕਿਉਂਕਿ ਉਹਦੇ ਸਿਰ ਦੇ ਉੱਤੇ ਜ਼ਿੰਮੇਵਾਰੀ ਆਉਣੀ, ਉਹਦੀ ਮਜਬੂਰੀ ਹੋਏਗੀ ਕੋਈ ਨਾ ਕੋਈ। ਜਿਹੜਾ ਸੜਕ 'ਤੇ ਖੜ੍ਹਾ ਸਬਜ਼ੀ ਵੇਚ ਰਿਹਾ, ਆਪਣੇ ਮਨ ਨੂੰ ਪੁੱਛ ਕੇ ਵੇਖ ਕਿ ਤੂੰ ਸਹੀ ਕੀਤਾ ਉਹਦੇ ਨਾਲ। ਟਿੰਮੀ, ਸੱਚੀ ਅੱਜ 'ਤੇ ਮੈਂ ਬਹੁਤ ਵੱਡੀ ਗਲਤੀ ਕਰਤੀ, ਉਸ ਗਰੀਬ ਦਾ ਕਿੰਨਾ ਦਿਲ ਦੁਖਾਇਆ ਨਾ। ਤੁਸੀਂ ਨਾ ਗੱਡੀ ਲੈ ਕੇ ਉੱਥੇ ਹੀ ਚੱਲੋ ਉਹਦੇ ਕੋਲ। ਭਈਆ, ਸੋਰੀ, ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ। ਮੈਂ ਬਹੁਤ ਬਦਤਮੀਜ਼ੀ ਕੀਤੀ ਤੇਰੇ ਨਾਲ, ਤੂੰ ਤਾਂ ਆਪਣੀ ਮਿਹਨਤ ਕਰ ਰਿਹਾ ਸੀ, ਮੈਨੂੰ ਇੱਦਾਂ ਨਹੀਂ ਸੀ ਕਰਨਾ ਚਾਹੀਦਾ। ਲੈ ਆਪਣੇ ਪੈਸੇ। ਪਰ ਮੈਡਮ, ਮੇਰੇ ਤੋਂ 150 ਰੁਪਏ ਹੋਏ ਤੇ, 50 ਆਪਣੇ ਦੇ ਦਈਏ, ਤਾਂ 100 ਰੁਪਏ ਹੋਰ ਦੇ ਦਿਓ। ਨਹੀਂ ਭਈਆ, ਇਹ ਸਾਰੇ ਰੱਖ ਲੈ, ਜੇ ਤੂੰ ਨਾ ਰੱਖੇ ਨਾ ਤਾਂ ਮੈਨੂੰ ਇੱਦਾਂ ਲੱਗਣਾ ਕਿ ਤੂੰ ਮੈਨੂੰ ਮਾਫ ਨਹੀਂ ਕੀਤਾ। ਧੰਨਵਾਦ ਮੈਡਮ। ਅਸੀਂ ਲੋਕ ਹਮੇਸ਼ਾ ਛੋਟੇ ਦੁਕਾਨਦਾਰ ਨਾਲ ਔਰ ਰੇਹੜੀ ਵਾਲੇ ਨਾਲ ਸੌਦੇਬਾਜ਼ੀ ਕਰਦੇ ਹਾਂ, ਉਹ ਗੱਲ ਵੱਖਰੀ ਹੈ ਕਿ ਉਹ 10-20 ਦਾ ਮਾਰਜਨ ਰੱਖ ਕੇ ਹੀ ਆਪਣੇ ਸੌਦੇ ਦਾ ਮੁੱਲ ਸਾਨੂੰ ਦੱਸਦੇ ਨੇ, ਫਿਰ ਵੀ ਅਸੀਂ ਉਹਨਾਂ ਨਾਲ ਸੌਦੇਬਾਜ਼ੀ ਕਰਦੇ ਹਾਂ, ਪਤਾ ਨਹੀਂ ਕਿਉਂ। ਔਰ ਦੂਸਰੇ ਪਾਸੇ ਵੱਡਿਆਂ ਮੋਲਾਂ 'ਤੇ ਜਾਂ ਵੱਡੀਆਂ ਦੁਕਾਨਾਂ 'ਤੇ ਜਾ ਕੇ ਅਸੀਂ ਕਦੀ ਵੀ ਸੌਦੇਬਾਜ਼ੀ ਨਹੀਂ ਕਰਦੇ, ਹਾਲਾਂਕਿ ਉਹਨਾਂ ਨੇ ਪੂਰੇ ਠੋਕ ਕੇ ਰੇਟ ਲਾਏ ਹੁੰਦੇ ਨੇ। ਇਹ ਜਿਹੜੀ ਦੋਹਰੀ ਮਾਨਸਿਕਤਾ, ਇਹਨੂੰ ਬਦਲਣ ਵਾਸਤੇ ਹੀ ਅਸੀਂ ਇਹ ਵੀਡੀਓ ਬਣਾਈ ਹੈ। ਅਸੀਂ ਚਾਹੁੰਦੇ ਹਾਂ ਸਾਡਾ ਇਹ ਮੈਸੇਜ ਘਰ ਘਰ ਤੱਕ ਪਹੁੰਚੇ। ਜੇਕਰ ਤੁਸੀਂ ਵੀ ਆਹੀ ਸੋਚ ਰੱਖਦੇ ਹੋ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ, ਔਰ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੇ। ਤੁਹਾਡਾ ਇੱਕ ਇੱਕ ਕਮੈਂਟ ਸਾਡੇ ਵਾਸਤੇ ਬਹੁਤ ਜ਼ਿਆਦਾ ਕੀਮਤੀ ਹੈ, ਤੁਹਾਡਾ ਕਮੈਂਟ ਸਾਨੂੰ ਮੋਟੀਵੇਟ ਕਰਦਾ। ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿਓ। ਧੰਨਵਾਦ।